ਇਹ ਕਿਸ ਤਰ੍ਹਾਂ ਪਾਣੀ ਟ੍ਰੀਟ ਹੋ ਗਿਆ ਇੱਕ ਇੱਕ ਤਾਂ ਇਹਦਾ ਕਿ ਜਿਹੜੇ ਇਹਦੇ ਗੰਦੇ ਪਾਣੀ ਪੈਂਦੀ ਸੀਗੀ ਉਹ ਟ੍ਰੀਟ ਕਰਕੇ ਜੀ ਦੱਸੋ ਕਾਨ ਕੋਲ ਦਾ ਪਾਣੀ ਉਹ 13 ਕਿਲੋਮੀਟਰ ਦੀ ਗੇਟ ਨੂੰ ਲੱਗ ਰਿਹਾ ਅੱਛਾ ਤੇ ਇਸੇ ਤਰ੍ਹਾਂ ਜਿਹੜਾ ਇਹਦੇ ਵਿੱਚ ਕੁਛ ਜਿਹੜਾ ਨੇਚਰਲੀ ਇਹਦੀ ਬਣਾਵਟ ਆ ਤੁਸੀਂ ਦੇ ਅੰਦਰ ਜਿੰਨਾ ਗਹਿਰਾ ਜਾਓਗੇ ਦੇਖੋਗੇ ਵੀ ਦੂਰੋਂ ਅਸੀਂ ਦੇਖਦੇ ਹਾਂ ਕਿ ਇਹ ਠੀਕ ਨਹੀਂ ਗਾ ਇਹਦੀ ਭਾ ਕਾਲੀ ਹੈ ਇਸ ਕਰਕੇ ਇਹਨੂੰ ਕਾਲੀ ਬਈ ਕਹਿੰਦੇ ਇਹਦੀ ਭਾ ਕਾਲੀ ਹੈ ਜਿਹੜੀ ਚਿੱਟੀ ਬਈ ਸੀ ਉਹ ਤਾਂ ਹੈ ਹੀ ਹਜੇ ਈਗਨੇਟ ਵਗ ਰਹੀ ਉਹ ਤਾਂ ਹੈਗਾ ਇਹਦਾ ਜਿਹੜਾ ਹੈਗਾ ਇਹਦੇ ਵਿੱਚ ਇੱਕ ਜਿਹੜੀ ਚੀਜ਼ ਹੈ ਜਿਹਨੂੰ ਐਲਗੀ ਕਹਿੰਦੇ ਆ ਉਹ ਇਹਦੇ ਵਿੱਚ ਨੈਚੁਰਲੀ ਹੈ ਕਿਉਂਕਿ ਇਹਦਾ ਵਹਾਅ ਤੇਜ਼ ਨਹੀਂ ਗਾ ਤੁਸੀਂ ਇਹਦਾ ਪਾਣੀ ਨੂੰ ਦੇਖੋਗੇ ਨਾ ਇਹ ਅੰਮ੍ਰਿਤ ਜਾਲਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ प्रदूषित होने मगरों पहली असी पानी नू पी सकते सो होर कोई भी जड़ी है एहो जी नदी है इंडिया दे विच खेती ला दी घटो घट 25,000 छपड़ा 25,000 मोटर ना 1/3 बिजली रीयूज जेहरी पानी लग जाए।